This is Brand Max Network India, and you are watching News India Now. ਹਾਂਜੀ ਭਾਈ ਕੀ ਮਾਮਲਾ ਕੀ ਹੈ ਜੀ ਫਾਇਰ ਹੋਇਆ ਯਾਰ ਇੰਡਸਟਰੀ ਜਿਹੜੀ ਹੈ ਸ਼ਾਂਤੀ ਸਟੀਲ ਦੇ ਫਾਇਰ ਹੋਈ ਹੈ ਮੌਕੇ 'ਤੇ ਆਏ ਦੋ ਗੱਡੀਆਂ ਲੈ ਕੇ ਅੱਗ ਬਹੁਤ ਜ਼ਿਆਦਾ ਸੀ ਅੱਗ 'ਤੇ ਕੰਟਰੋਲ ਪਾ ਲਿਆ ਜੀ ਜੋ ਮਾੜਾ ਮੋਟਾ ਮਾਲ ਦਾ ਨੁਕਸਾਨ ਹੋਇਆ ਭਾਅ ਜੀ ਕੀ ਨਾਮ ਹੈਗਾ ਫੈਕਟਰੀ ਦਾ ਜੀ ਸ਼ਾਂਤੀ ਸਟੀਲ ਪਿੱਛੇ ਉਹ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਜੀ ਇੱਥੇ ਨੁਕਸਾਨ ਦਾ ਮਾਲਕਾਂ ਨੂੰ ਪਤਾ ਨਹੀਂ ਕਿੰਨਾ ਕੀ ਨਾਮ ਹੈਗਾ ਮਾਲਕ ਦਾ ਜੀ ਮਾਲਕ ਦਾ ਸ਼ਾਂਤੀ ਕਿਸੇ ਨੂੰ ਕੋਈ ਜਾਨੀ ਖਤਰਾ ਭਾਅ ਜੀ ਨਹੀਂ ਜਾਨੀ ਖਤਰਾ ਕੋਈ ਨਹੀਂ ਠੀਕ ਹੈ Hey there. Subscribe to my channel. And also press this bell icon. So you never miss any new updates, cause whenever we upload new video you will get a notification on your phone.